ਤਸਦੀਮ ਦਾ ਜਨਾਲਾ ਤਸੀਰ ਦਾ ਥੱਕ ਕੇ ਚੱਟਣਾ ਹਾਏ ਇਹ ਲੋਕੀ ਥੱਕ ਕੇ ਚੱਟ ਲੈਂਦੇ ਸਰੀਰ ਉਲਟੀ ਕਰਕੇ ਸਰੀਮ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪਿੰਡ ਤਲਵੰਡੀ ਨਹਿਰ ਵੱਲੋਂ ਕੋਈ ਵੀ ਪਾਰਟੀ ਦਾ ਮੰਤਰੀ ਜਾਂ MLA ਸਾਡੇ ਪਿੰਡ 'ਚ ਜੇ ਵੜ ਗਿਆ ਨਾ ਤਾਂ ਉਹਦਾ ਆਪਾਂ ਉਹ ਹਾਲ ਕਰਾਂਗੇ ਜਿਹੜਾ ਕਿਤੇ ਕਿਸੇ ਨੇ ਕੀਤਾ ਨਾ ਹੋਵੇ, ਕਿਉਂਕਿ ਅਸੀਂ ਸਾਡਾ ਕੋਲੇ ਨਾਲ ਆਪਾਂ ਮਰ ਰਹੇ ਹਾਂ। ਇਹ ਆਉਂਦੇ ਸਾਡਾ ਸੁੰਦਰ ਗ੍ਰਾਮ ਪਿੰਡ ਆ, ਆਹ ਸਵਾਹ ਇਹਨਾਂ ਦੇ ਸਿਰ 'ਚ ਪਏ ਜਿਹੜਾ ਸਾਡਾ ਸੁੰਦਰ ਗ੍ਰਾਮ ਇਹਨਾਂ ਨੇ ਪਿੰਡ ਕੀਤਾ ਆ, ਗੋੜੇ ਗੋੜੇ ਸਾਡੇ ਕੋਲ ਆ, ਗੋੜੇ ਗੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ, ਛੱਪੜ ਦਾ ਸਾਡਾ ਸੀਵਰ ਨਹੀਂ ਪਏ ਪਾ ਕੇ ਦੇ ਸਕਦੇ, ਅਤੇ ਕੋਲਾ ਸਾਡੇ ਵਾਸਤੇ ਲਿਆ ਕੇ ਅਤੇ ਦੋ ਰੈਗ ਲਾ ਤੇ, ਇੱਕ ਰੈਗ ਲੱਗ ਸਕਦਾ, ਦੋ ਲਾ ਤੇ ਨੇ ਇਕੱਠੇ ਜਾ ਕੇ, ਵੇਖੋ ਹੱਦ ਹੋ ਗਈ ਹੈ ਮੈਂ ਨਾ। ਪਰ ਆਪਾਂ ਕਿਸੇ ਵੀ ਕੋਈ MLA ਆ ਜੇ, ਕੋਈ ਮੰਤਰੀ ਆ ਜੇ, ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ, ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ। ਆਪਾਂ ਕਿਰਤੀ ਕਿਸਾਨ ਯੂਨੀਅਨ ਦੇ ਸਿਪਾਹੀ ਹਾਂ, ਚੌਂਕੀਦਾਰ ਹਾਂ ਆਪਾਂ, ਆਪਾਂ ਜਿਹੜੇ ਵਫਾਦਾਰੀ ਕਰਨੀ ਕਰਨੀ ਆ, ਤਗੜੇ ਹੋ ਕੇ ਕਰਨੀ ਆ, ਅਤੇ ਨਾ ਆਪਾਂ ਕੋਲਾ ਲੱਥਣ ਨਹੀਂ ਦੇਣਾ। ਸਾਡੇ ਮੋਹਤਬਰਾਂ ਨੇ ਕਹਿਤਾ ਵਾ ਵੀ ਤਗੜੇ ਹੋ ਕੇ ਤੁਸੀਂ ਬਹਿ ਜਾਓ ਇੱਥੇ, ਤੁਹਾਨੂੰ ਮਾਰ ਨਹੀਂ ਦੇਣ ਲੱਗਾ। ਜੇ ਮਰ ਵੀ ਜਾਓਗੇ ਦੋ ਚਾਰ ਬੰਦੇ, ਪਹਿਲੇ ਨੰਬਰ 'ਤੇ ਮੈਂ ਮਰਾਂਗਾ, ਮਰਨਾ ਕੋਈ ਖਤਰਾ ਨਹੀਂ ਹੈਗਾ, ਕਿਉਂਕਿ ਮਰਨਾ ਹੀ ਆ। ਸਾਡੇ ਵੱਡੇ ਵਡੇ ਬੁੱਢੇ ਮਰੀ ਗਏ ਨੇ, ਅਸੀਂ ਕਦੇ ਇੱਟ ਲਾਈ ਆ ਇੱਥੇ ਵੀ ਅਸੀਂ ਮਰਨਾ ਹੀ ਨਹੀਂਗਾ, ਭਾਈ ਜੀਂਦੇ ਰਹਿਣਾ ਵਾ, ਅਤੇ ਅਸੀਂ ਕੋਲਾ ਨਹੀਂ ਆਉਣ ਦੇਣਾ। ਕਿਉਂਕਿ ਅਸੀਂ ਜਿਹੜਾ ਕੋਈ ਮੰਤਰੀ ਭਾਵੇਂ ਧਾਰੀਵਾਲ ਦਾ ਪਿਓ ਉੱਠ ਕੇ ਆ ਜੇ, ਭਾਵੇਂ ਦੂਜਿਆਂ ਦਾ ਪਿਓ ਆ ਜੇ, ਭਾਵੇਂ ਤੀਜਿਆਂ ਦਾ ਪਿਓ ਆ ਜੇ, ਕਿਸੇ ਮੰਤਰੀ ਨੂੰ ਕਿਸੇ MLA ਨੂੰ ਵੜ ਨਹੀਂ ਦੇਵਾਂਗੇ ਆਪਾਂ, ਉਹਨਾਂ ਦਾ ਆਪਾਂ ਪੂਰਾ ਜਲੂਸ ਕੱਢਾਂਗੇ, ਪੱਕੇ ਸੜਕ ਦਾ ਥੱਲੇ ਨਾ ਆਉਣਗੇ। ਕਿਉਂਕਿ ਜਿੰਨੇ ਸਾਡੇ ਭੈਣ ਭਰਾ ਨੇ ਇਹ ਕੋਲੇ ਨਾਲ ਵੀ ਮਰਨ ਦੇ ਨੇ, ਅਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ ਇਹ ਵਿਚਾਰੀਆਂ ਲੀੜੇ ਧੋ ਕੇ ਕਿੱਥੇ ਸੁੱਕਣੇ ਪਾਉਣ, ਇਹਨਾਂ ਦੇ ਕੰਜਰਾਂ ਦੇ ਸਿਰ 'ਚ ਪਾਉਣ, ਕਿ ਰੱਸੀਆਂ ਸਾਡੀਆਂ ਕਾਲੀਆਂ ਹੋ ਗਈਆਂ, ਜਿੱਥੇ ਲੀੜੇ ਪਾਉਣ ਉੱਥੇ ਵੋਟ ਉੱਠ ਕੇ ਕਾਲਾ ਕੇ, ਵੇਖੋ ਕੀ ਹਾਲ ਆ, ਦੋ ਦੋ ਰੈਗ ਇਕੱਠੇ ਆ ਰਹੇ ਨੇ, ਇਹ ਕੋਈ ਕੰਮ ਆ ਬੰਦਿਆਂ ਵਾਲਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਡੀ ਬਹਿਣ ਦੀ ਮਜਬੂਰੀ ਆ ਜੀ, ਕੁਛ ਸਮਾਂ ਪਹਿਲਾਂ ਅਸੀਂ ਬੜਾ ਸੰਘਰਸ਼ 'ਤੇ ਪਹਿਲਾਂ ਵੀ ਇਸੇ ਤਰ੍ਹਾਂ ਧਰਨੇ ਲਾਉਂਦੇ ਰਹੇ ਹਾਂ ਕੋਲੇ ਨੂੰ ਬੰਦ ਕਰਾਉਣ ਵਾਸਤੇ, ਜੋ ਕਿ ਨਜਾਇਜ਼ ਤੌਰ 'ਤੇ ਇੱਥੇ ਕੋਲਾ ਆ ਰਿਹਾ, ਅਤੇ ਦੋਨੇ ਪਾਸੇ ਰਿਹਾਇਸ਼ ਨੇ, ਫਤਿਹਗੜ੍ਹ ਵਾਲੇ ਪਾਸੇ ਅਤੇ ਤਲਵੰਡੀ ਨਹਿਰ ਵਾਲੇ ਪਾਸੇ, ਬਹੁਤ ਦਿੱਕਤ ਲੋਕਾਂ ਨੂੰ ਆ ਰਹੀ, ਲਾਗੇ ਸਕੂਲ ਵੀ ਆ, ਸਾਰਾ ਘੱਟਾ ਜਿਹੜਾ ਕੋਲੇ ਦਾ ਉੱਡ ਉੱਡ ਕੇ ਪੈਂਦਾ, ਜਿਹਦੇ ਨਾਲ ਕਿ ਬਿਮਾਰੀਆਂ ਵੀ ਫੈਲ ਰਹੀਆਂ। ਦੂਜੀ ਗੱਲ ਕਿ ਅਸੀਂ ਥੋੜ੍ਹਾ 2-3 ਮਹੀਨੇ ਪਹਿਲਾਂ SDM ਤਹਿਸੀਲਦਾਰ ਸਾਹਿਬ, DC ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦਵਾਇਆ ਕਿ ਇਹ ਕੋਲਾ ਹੁਣ ਨਹੀਂ ਆਊਗਾ, ਉਹਨਾਂ ਸਾਡੇ ਕੋਲ 2-3 ਮਹੀਨੇ ਦਾ ਟਾਈਮ ਮੰਗਿਆ ਸੀ, ਉਹ ਅਸੀਂ ਦਿੱਤਾ ਸੀ, ਪਰ ਉਸ ਦੇ ਬਾਵਜੂਦ ਅੱਜ ਫਿਰ ਨਜਾਇਜ਼ ਤੌਰ 'ਤੇ ਕੋਲਾ ਆ ਰਿਹਾ। ਸਾਨੂੰ ਨਹੀਂ ਪਤਾ ਕਿਹਦੀ ਸ਼ਹਿ 'ਤੇ ਆ ਰਿਹਾ, ਇਹ ਕਿਸੇ ਲੀਡਰ ਦੀ ਸ਼ਹਿ 'ਤੇ ਆ ਰਿਹਾ, ਕਿਸੇ ਸਿਆਸੀ ਬੰਦੇ ਸ਼ਹਿ 'ਤੇ ਆ ਰਿਹਾ, ਇਹਦੇ ਬਾਰੇ ਪਤਾ ਨਹੀਂ। ਉਹਦੇ ਚੱਕ ਕਰਕੇ ਅੱਜ ਫਿਰ ਇਹ ਸਾਰੇ ਦੋਨੇ ਪਿੰਡ ਇਕੱਠੇ ਹੋਏ ਆ ਲੋਕ, ਅਤੇ ਅੱਜ ਅਸੀਂ ਇਹ ਜਿਹੜੇ ਦੋਨੇ ਰੈਕ ਆਏ ਆ ਇਹ ਡੱਕੇ ਹੋਏ ਆ, ਹੁਣ ਵੀ ਨਹੀਂ ਅੱਜ ਇੱਥੇ ਕਿਹੜਾ ਆ ਰਿਹਾ, ਕਿਹੜਾ ਲੀਡਰ ਆ ਰਿਹਾ, ਕਿਹੜਾ ਅਫਸਰ ਆ ਰਿਹਾ, ਕੀ ਕਹਿੰਦਾ? ਜਿਹੜੇ ਆਪਾਂ ਸਾਰੇ ਇਸ ਕਿਸੇ ਆਪਣੇ ਮਸਲੇ ਬਾਰੇ ਬੈਠੇ ਸੀ, ਉਸ ਬਾਰੇ ਪ੍ਰਧਾਨ ਜੀ ਆਏ ਅਤੇ ਪ੍ਰਧਾਨ ਜੀ ਨਾਲ ਡਿਸਕਸ ਹੋਇਆ, ਅਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਜਿਹੜਾ ਆ ਰੈਕ ਨੋਟਡ ਰਹਿ ਕੇ ਵਾਪਸ ਜਾ ਰਿਹਾ ਜੀ। ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤੱਕ ਇੱਥੇ ਕੋਈ ਰੈਕ ਨਹੀਂ ਆਊਗਾ, ਭਵਿੱਖ ਦੇ ਵਿੱਚ ਕੋਈ ਰੈਕ ਨਹੀਂ ਆਊਗਾ, ਇਹ ਜਿਹੜਾ ਡੋਟਡ ਵਾਪਸ ਆਊਗਾ ਅਤੇ ਜਿਹੜਾ ਖਾਲੀ ਹੈ ਇਹ ਵੀ ਵਾਪਸ ਆਊਗਾ। ਹੁਣ ਬੇਨਤੀ ਹੈ ਪ੍ਰਧਾਨ ਜੀ ਵੀ ਜਿਹੜਾ ਇੱਥੇ ਅਨਲੋਡ ਹੋ ਗਿਆ ਇਹਨੂੰ ਬਸ ਕੋਈ ਦਿੱਕਤ ਨਾ ਆਵੇ, ਇਹ ਵਾਪਸ ਇਹ ਜੀ ਇਹ ਵਾਪਸ ਮਤਲਬ ਜਿਹੜਾ ਅਨਲੋਡ ਹੋਇਆ ਲੈ ਜਾਣਾ, ਠੀਕ ਹੈ, ਪਰ ਇਹਨੂੰ ਮਤਲਬ ਕਾਇਦੇ ਕਾਨੂੰਨ ਨਾਲ ਚੁੱਕਣੇ ਨੂੰ, ਠੀਕ ਹੈ,
ਜਿਹੜਾ ਪੋਲੂਸ਼ਨ ਹੈ ਇਹਨਾਂ ਵਾਲੇ ਸਿਰ ਧੂੜਾ ਪੁੱਟ ਦੇਣ ਵੀ ਲੋਕਾਂ ਦਾ ਇਹਨਾਂ ਹੀ ਸਾਹ ਬੰਦ ਕਰ ਦੇਣ। ਠੀਕ ਹੈ, ਇਹ ਪ੍ਰਸ਼ਾਸਨ ਸ਼ੋਰ ਕਰਾਵੇ ਵੀ ਆਰਾਮ ਨਾਲ ਚੁੱਕਣ ਉਹ ਖੁੱਲਿਆ ਨਾ ਨਾ ਉਹਦੇ ਪਾਣੀ ਪਰੌਂਕਣ ਤੇ ਸਾਰੀ ਸਫਾਈ ਕਰਕੇ ਵੀ ਲੈ ਕੇ ਜਿਹੜੀ ਉਹ ਜਾਣ। ਠੀਕ ਹੈ ਜੀ, ਇਹ ਬਿਲਕੁਲ ਹੋਊਗਾ ਜੀ, ਕੋਈ ਧੂੜ ਨਹੀਂ ਹੋਊਗੀ ਤੇ ਵਧੀਆ ਤਰੀਕੇ ਨਾਲ ਸਾਫ਼ ਸਫਾਈ ਨਾਲ ਜਾਊਗੀ। ਠੀਕ ਹੈ ਜੀ।